ਓ ਮੰਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਗੱਡੀ ਨਹੀਂ ਚਾਹ ਪਿਆਵਾਂ ਯਾਰ ਬਈ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋ ਚੁੱਕੇ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਜੀ ਕੰਟੀਨੀ ਸੋ ਅੱਜ ਅਸੀਂ ਆ ਪਹੁੰਚਿਆ ਜੀ ਮਾਲਵਾ ਬੈਡ ਦੇ ਵਿੱਚ ਕ੍ਰਿਸ਼ਨਾ ਕਾਲਜ ਰੱਲੀ ਬੁਢਲਾਡੇ ਔਰ ਬਹੁਤ ਵਧੀਆ ਇੱਥੋਂ ਦੇ ਜਵਾਕ ਅੱਜ ਪੇਪਰ ਦੇ ਕੇ ਆਏ ਨੇ ਸੋ ਉਹ ਪੇਪਰ ਪੇਪਰ ਕਿੱਦਾਂ ਹੋਇਆ ਪੇਪਰ ਇਹਨਾਂ ਦਾ ਵਧੀਆ ਹੋ ਜਾਂਦਾ ਮੇਰੇ ਭਰਾਵਾਂ ਨੂੰ ਪੁੱਛੋ ਬਈ ਤੁਹਾਡਾ ਹੋ ਗਿਆ ਠੀਕ ਕਿੰਨੇ ਜੀ ਉਹ ਆਪਦੇ ਸਹੁਰੇ ਪਿੰਡੀ ਰਹਿੰਦੇ ਆ ਉੱਥੇ ਸ਼ਾਦ ਰਹਿੰਦੇ ਜੀ ਓਕੇ ਓਕੇ ਤੇ ਮਾਸੀਆਂ ਕਿੰਨੀਆਂ ਦੋ ਨੇ ਜੀ ਉਹ ਕਿੱਥੇ ਕਿੱਥੇ ਰਹਿੰਦੇ ਨੇ ਜੀ ਉਹ ਵੀ ਆਪਦੇ ਪਰਿਵਾਰ 'ਚ ਹੀ ਰਹਿੰਦੇ ਹੈਗੇ ਫਿਰ ਵੀ ਕੋਈ ਸ਼ਹਿਰ ਤਾਂ ਹੋਊਗਾ ਜੀ ਕਿਹੜੇ ਕਿਹੜੇ ਸ਼ਹਿਰ ਰਹਿੰਦੇ ਨੇ ਮਤਲਬ ਜੀ ਇੱਕ ਤਾਂ ਮਾਨਸਾ ਰਹਿੰਦੇ ਹੈਗੇ ਇੱਕ ਤਾਂ ਮਾਨਸਾ ਰਹਿੰਦੇ ਨੇ ਹਾਂਜੀ ਇੱਕ ਉੱਡਤਾ ਰਹਿੰਦੇ ਹੈਗੇ ਇੱਕ ਉੱਡਤਾ ਪਿੰਡ ਹੈ ਜੀ ਓਕੇ ਕੀ ਸੁਣਾਓਗੇ ਜੀ ਮੈਨੂੰ ਸੁਣਾਉਣਾ ਤਾਂ ਕੁਛ ਨਹੀਂ ਆਉਂਦਾ ਵੈਸੇ ਮੈਨੂੰ ਸ਼ੇਅਰ ਜ਼ਿਆਦਾ ਆਉਂਦੇ ਹੈਗੇ ਸ਼ੇਅਰ ਸ਼ਾਇਰੀ ਸ਼ਾਇਰੀ ਹਾਂਜੀ ਮਾਈਕ ਤਾਂ ਰੱਖਿਓ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਹੀ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ ਕੀ ਬਾਤ ਹੈ ਕੀ ਬਾਤ ਸੀਨਾ ਮੇਰਾ ਨਾਂ ਵੈਸੇ ਤਾਂ ਈਸ਼ਵਰ ਹੈ ਪਿਆਰ ਨਾਲ ਸਾਰੇ ਈਸ਼ੂ ਕਹਿੰਦੇ ਨੇ ਵੈਸੇ ਕੀ ਹੈ ਈਸ਼ਵਰ ਵੈਸੇ ਈਸ਼ਵਰ ਹੈ ਪਿਆਰ ਨਾਲ ਕੀ ਕਹਿੰਦੇ ਈਸ਼ੂ ਕਹਿੰਦੇ ਨੇ ਕੌਣ ਕਹਿੰਦਾ ਪਿਆਰ ਨਾਲ ਸਾਰੇ ਕਹਿੰਦੇ ਨੇ ਇਹ ਰੱਖਿਆ ਕਿਹਨੇ ਨਾਮ ਈਸ਼ੂ ਰੱਖਿਆ ਮੰਮੀ ਡੈਡੀ ਨੇ ਕੀ ਗੱਲ ਹਾਂ ਤੇ ਈਸ਼ਵਰ ਕਹਿੰਦੇ ਰੱਖਿਆ ਈਸ਼ਵਰ ਵੀ ਉਹਨਾਂ ਨੇ ਰੱਖਿਆ ਈਸ਼ੂ ਕਿਸੇ ਹੋਰ ਨੇ ਰੱਖਿਆ ਲਾ ਨਾ ਨਾ ਹਾਂਜੀ ਐਂ ਤਾਂ ਈਸ਼ੂ ਰੱਖਣ ਵਾਲੇ ਫਿਰ ਬਹੁਤ ਨੇ ਬਹੁਤ ਨੇ ਬਹੁਤ ਨੇ ਠੀਕ ਸੁਣਾਓ ਕੀ ਸੁਣਾਓਗੇ ਦੋ ਹੀ ਸ਼ੌਂਕ ਨੇ ਇੱਕ ਗਾਉਣਾ ਤੇ ਇੱਕ ਘੋੜ ਸਵਾਰੀ ਗਾਣਾ ਸੁਣਾ ਦਿੰਦੇ ਹਾਂ ਹਾਂ ਉਹ ਸਿਰਾਂ ਦੀਆਂ ਚੁੰਨੀਆਂ ਨੇ ਕਿੱਥੇ ਲਾਤੀਆਂ ਬਈ ਸੋਹਣੇ ਵਾਲ ਕੱਟ ਪੋਨੀਆਂ ਗਰਾ ਦੀਆਂ ਉਹ ਸਿਰਾਂ ਦੀਆਂ ਚੁੰਨੀਆਂ ਨੇ ਕਿੱਥੇ ਲਾਤੀਆਂ ਬਈ ਸੋਹਣੇ ਵਾਲ ਕੱਟ ਪੋਨੀਆਂ ਗਰਾ ਦੀਆਂ ਉਹ ਕਿਸੇ ਦੇ ਨਾ ਯਾਰੂ ਇੱਥੇ ਗੁੱਤਾਂ ਗੁੰਦੀਆਂ ਫਿਰ ਕਹਿੰਦੇ ਕੁੜੀਆਂ ਸ਼ਰੀਫ ਹੁੰਦੀਆਂ ਇੱਕ ਕੁੜੀ ਹੁੰਦੀ ਆ ਉਹ ਆਪਦੇ ਬੋਏਫ੍ਰੈਂਡ ਨੂੰ ਫੋਨ ਕਰਦੀ ਆ ਕਹਿੰਦੀ ਮੈਨੂੰ ਕੱਲ੍ਹ ਨੂੰ ਦੇਖਣ ਵਾਲੇ ਆਉਣਗੇ ਉਹ ਕੀ ਗੱਲ ਕਰਦੇ ਆ ਕਹਿੰਦੀ ਉਹ ਕਹਿੰਦੀ ਵੇਖਣੇ ਆਉਣਾ ਹੈ ਮੈਨੂੰ ਕੱਲ੍ਹ ਨੂੰ ਇਸ ਮਸਲੇ ਦਾ ਲੱਭ ਲੈ ਕੋਈ ਹੱਲ ਤੂੰ ਉਹ ਕਹਿੰਦੀ ਵੇਖਣੇ ਆਉਣਾ ਹੈ ਮੈਨੂੰ ਕੱਲ੍ਹ ਨੂੰ ਇਸ ਮਸਲੇ ਦਾ ਲੱਭ ਲੈ ਕੋਈ ਹੱਲ ਤੂੰ ਅੱਗੋਂ ਫਿਰ ਉਹ ਕਹਿੰਦਾ ਕਹਿੰਦਾ ਯਾਰ ਕਿਹੜਾ ਬੱਲੀਏ ਨੀ ਮਿਰਜਾ ਇੱਕ ਦੱਸ ਦੱਸ ਕਿਵੇਂ ਉਹ ਲਾ ਕੇ ਵੇਖ ਲਈ ਉਹ ਤੁਰੀ ਜਾਂਦੀ ਲੱਤ ਜੀ ਕਮਾ ਜੀ ਬੱਲੀਏ ਨੀ ਜਾ ਫਿਰ ਬਿੱਲੀਆਂ ਅੱਖਾਂ 'ਚ ਟੀਰ ਪਾ ਕੇ ਵੇਖ ਲਈ ਉਹ ਤੁਰੀ ਜਾਂਦੀ ਲੱਤ ਜੀ ਕਮਾ ਜੀ ਬੱਲੀਏ ਨੀ ਜਾ ਫਿਰ ਬਿੱਲੀਆਂ ਅੱਖਾਂ 'ਚ ਟੀਰ ਪਾ ਕੇ ਵੇਖ ਲਈ ਤੁਹਾਡੇ ਸਾਹਮਣੇ ਵੇਖ ਜੱਗ ਦਾ ਤਮਾਸ਼ਾ ਮੈਨੂੰ ਆਈ ਜਾਂਦਾ ਹਾਸਾ ਆਈ ਜਾਂਦਾ ਹਾਸਾ ਵੇਖ ਜੱਗ ਦਾ ਤਮਾਸ਼ਾ ਉਹ ਲੁੱਟ ਖਾਣ ਤੇ ਪਖੰਡੀਆਂ ਨੇ ਲੱਕ ਮੰਨਿਆ ਖਾਣ ਤੇ ਪਖੰਡੀਆਂ ਨੇ ਲੱਕ ਮੰਨਿਆ ਜਿਹੜੇ ਜੋਤਸ਼ੀ ਦੀ ਕੁੜੀ ਨਾਲ ਮੇਰੀ ਗੱਲਬਾਤ ਉਹੀ ਕਹਿੰਦਾ ਤੇਰੇ ਕਰਮਾਂ 'ਚ ਹੈ ਨਹੀਂ ਕੰਨਿਆ ਉਹ ਜਿਹੜੇ ਜੋਤਸ਼ੀ ਦੀ ਕੁੜੀ ਨਾਲ ਮੇਰੀ ਗੱਲਬਾਤ ਉਹੀ ਕਹਿੰਦਾ ਤੇਰੇ ਕਰਮਾਂ 'ਚ ਹੈ ਨਹੀਂ ਕੰਨਿਆ ਸੁਣਨ ਵਾਲੀ ਗੱਲ ਬਈ ਉਹ ਜਿਹਨੂੰ ਆਪਣੇ ਘਰੇ ਨਹੀਂ ਕੁਝ ਦਿਸਦਾ ਪਤਾ ਕਰੂ ਕਿ ਉਹ ਲੋਕਾਂ ਦੇ ਭਵਿੱਖ ਦਾ ਬਾਂਗ ਫਸਲਾਂ ਦੇ ਸੱਚ ਇੱਥੇ ਰੁਲਦਾ ਬਦ ਚਿੱਟੇ ਨਾਲੋਂ ਝੂਠ ਇੱਥੇ ਵਿਕਦਾ ਇੱਥੇ ਪੜ੍ਹੇ ਲਿਖੇ ਲੋਕ ਅਕਲਾਂ ਦੇ ਅੰਨੇ ਆ ਪੜ੍ਹੇ ਲਿਖੇ ਲੋਕ ਅਕਲਾਂ ਦੇ ਅੰਨੇ ਆ ਜਿਹੜੇ ਜੋਤਸ਼ੀ ਦੀ ਕੁੜੀ ਨਾਲ ਮੇਰੀ ਗੱਲਬਾਤ ਉਹੀ ਕਹਿੰਦਾ ਤੇਰੇ ਕਰਮਾਂ 'ਚ ਹੈ ਨਹੀਂ ਕੰਨਿਆ ਜਿਹੜੇ ਜੋਤਸ਼ੀ ਦੀ ਕੁੜੀ ਨਾਲ ਮੇਰੀ ਗੱਲਬਾਤ ਉਹੀ ਕਹਿੰਦਾ ਤੇਰੇ ਕਰਮਾਂ 'ਚ ਹੈ ਨਹੀਂ ਕੰਨਿਆ
ਸਤਿ ਸ਼੍ਰੀ ਅਕਾਲ ਜੀ। ਬੜਾ ਸੋਨਾ ਪਾਇਆ, ਕੀ ਗੱਲ? ਉਹ ਪਾ ਲਿਆ ਜੀ, ਆਰਟੀਫਿਸ਼ਲ ਹੈ ਜੀ। ਨਾ ਦਿਲ ਦਿਲ ਸੋਹਣੇ ਵਾਲਾ ਹੋਣ ਜਿਹਦਾ। ਕੀ ਨਾਮ? ਸੌਂਗ ਦਲਜੀਤ ਜੀ। ਦਲਜੀਤ, ਬਹੁਤ ਸੋਹਣੀ ਦਸਤਾਰ ਬਣਾਓ। ਉਹ ਜ਼ਹਿਰੀਲਾ ਸੱਪ ਨਹੀਂ ਕਦੇ ਵੀ ਘਰੇ ਪਾਲੀ ਦਾ, ਉਹ ਮਾੜੇ ਕੰਮਾਂ 'ਚ ਨਾ ਸਾਥ ਦਈਏ ਕਰ ਵਾਲੀ ਦਾ, ਉਹ ਦੋ ਤਲਵਾਰਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਜੇ ਇੱਕ ਹੋਵੇ ਮਿਆਨ। ਗੱਲਾਂ ਪੱਲੇ ਨਾਲ ਤੁਸੀਂ ਲੈ ਜਾਓ ਬਣ ਕੇ, ਹਰੇਕ ਬੰਦੇ ਕੋਲੋਂ ਮਿਲਦਾ ਨਹੀਂ ਗਿਆਨ। ਗੱਲਾਂ ਪੱਲੇ ਨਾਲ ਤੁਸੀਂ ਲੈ ਜਾਓ ਬਣ ਕੇ, ਹਰੇਕ ਬੰਦੇ ਕੋਲੋਂ ਮਿਲਦਾ ਨਹੀਂ ਗਿਆਨ। ਉਹ ਸਿਆਣਾ ਕਹਦਾ ਜਿਹੜਾ ਗੱਲ ਗਿਆਨ ਦੀ ਹੈ ਵੰਡਦਾ ਨਹੀਂ, ਉਹ ਗੁਰੂ ਕਹਦਾ ਜਿਹੜਾ ਚੇਲਾ ਆਪਣਾ ਹੈ ਚੰਡਦਾ ਨਹੀਂ, ਓਏ ਉਹ ਪਾਰਖੂ ਇਹ ਬੰਦਾ ਕਹਦਾ ਜਿਹੜਾ ਪਰਖ ਕਰੇ ਨਾ ਕੱਢ ਕੇ ਸਿਆਣ। ਗੱਲਾਂ ਪੱਲੇ ਨਾਲ ਤੁਸੀਂ ਲੈ ਜਾਓ ਬਣ ਕੇ, ਹਰੇਕ ਬੰਦੇ ਕੋਲੋਂ ਮਿਲਦਾ ਨਹੀਂ ਗਿਆਨ। ਰੋਜ਼ ਕ੍ਰਿਸ਼ਨਾ ਕਾਲਜ ਪੂਰਾ ਇੰਜੋਏ ਕਰ ਰਿਹਾ, ਹੁਣ ਵਕਤ ਹੈ ਛੋਟੇ ਜਿਹੇ ਬ੍ਰੇਕ ਦਾ, ਕਿਤੇ ਨਾ ਜਾਇਓ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ। ਕੀ ਨਾਮ ਹੈ ਤੁਹਾਡਾ? ਸਰ ਸੁਖਪ੍ਰੀਤ। ਹਾਂਜੀ ਸੁਖਪ੍ਰੀਤ। ਸੁਖਪ੍ਰੀਤ, ਕੀ ਸ਼ੌਂਕ ਨੇ ਜੀ? ਸਰ ਲੈਕਚਰਰ ਬਣਨ ਦਾ। ਪ੍ਰੋਫੈਸਰ ਬਣਨ ਦਾ? ਹਾਂਜੀ। ਓਕੇ 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 ਓਕੇ। ਤੁਸੀਂ ਕਿਸੇ ਗੱਲ ਤੇ ਹੱਸਦੇ ਹੋ ਕਿ ਵੈਸੇ ਹੀ ਹੱਸਦੇ ਰਹਿੰਦੇ ਹੋ ਜੀ? ਨੇਚਰ ਹੀ ਏਦਾਂ ਜੀ। ਓਕੇ 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 ਓਕੇ। ਯੂ ਆਰ ਲੁਕਿੰਗ ਸੋ ਵੈਰੀ ਬਿਊਟੀਫੁਲ। ਕੋ ਤੁਸੀਂ ਅੰਗਰੇਜ਼ੀ ਕਿਹਨੂੰ ਬੋਲੀ ਜਾਂਦੇ ਜੀ? ਕਹਿੰਦੇ ਯੂ ਆਰ ਲੁਕਿੰਗ ਸੋ ਵੈਰੀ ਬਿਊਟੀਫੁਲ ਕਹਿੰਦੀ। ਸੁਣਾਓ ਕੀ ਸੁਣਾਓਗੇ? ਸਰ ਕੀ ਨਹੀਂ, ਮੈਂ ਤੁਹਾਡੇ ਨਾਲ ਡਾਂਸ ਕਰਨਾ। ਅੱਛਾ, ਮੇਰੇ ਨਾਲ ਡਾਂਸ ਕਰਨਾ? ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਗੋਡ ਬੈਸ ਯੂ। ਆ ਜਾਓ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਨੀਤੂ। ਕਹਿ ਨੀਤੂ ਜੀ, ਕਿੱਥੋਂ ਬਿਲੋਂਗ ਕਰਦੇ ਹੋ? ਬੁਢਲਾਡਾ ਤੋਂ। ਬੁਢਲਾਡਾ ਤੋਂ? ਪਰਿਵਾਰ 'ਚ ਕੌਣ ਕੌਣ ਤੁਹਾਡੇ? ਮੰਮੀ, ਪਾਪਾ, ਬ੍ਰਦਰ, ਮੈਂ। ਓਕੇ, ਵੀਰਾ ਹੀ ਕਰਦਾ ਜੀ? ਵੀਰਾ ਆੜਤੀ ਆਈ। ਓਕੇ, ਆੜਤੀ ਹੈ, ਚੰਗਾ ਕੰਮ ਹੈ ਫਿਰ ਤਾਂ। ਨੋਟ ਵਾਲੇ ਬੰਦੇ ਤੁਸੀਂ? ਠੀਕ ਹੈ। ਕੀ ਸੁਣਾਓਗੇ? ਡਾਂਸ ਹੀ ਕਰਵਾਉਣਾ। ਸੁਣਾਓ। ਪਹਿਲਾਂ ਮੈਂ ਇੱਕ ਬੋਲੀ ਸੁਣਾਉਣਾ ਚਾਹੁੰਦੀ ਹਾਂ। ਆ ਜਾਓ। ਕੀ ਮੁੰਡਿਓ ਤੁਸੀਂ ਬਣੇ ਫਿਰਦੇ ਹੋ, ਕੀ ਮੁੰਡਿਓ ਤੁਸੀਂ ਬਣੇ ਫਿਰਦੇ ਹੋ, ਆਪਣਾ ਕੰਥੇ ਦਿਖਾਵਾਂ ਵੀ ਚਿੱਟਾ ਕੁੜਤਾ ਹਰਾ ਚਾਦਰਾ, ਬੱਲੇ 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 ਬੱਲੇ, ਚਿੱਟਾ ਕੁੜਤਾ ਹਰਾ ਚਾਦਰਾ, ਨਾਭੀ ਪੱਗ ਰੰਗਾਵਾਂ ਤੁਹਾਡੇ ਵਰਗਿਆਂ ਦਾ, ਮੈਂ ਨਾ ਲਵਾਂ ਪਰਛਾਵਾਂ ਤੁਹਾਡੇ ਵਰਗਿਆਂ ਦਾ, ਮੈਂ ਨਾ ਲਵਾਂ ਪਰਛਾਵਾਂ। ਸੌਂਗ ਪਲੇ ਕਰ। ਅੱਛਾ, ਡਾਂਸ ਕਰਨਾ? ਹਾਂਜੀ। ਪਾਣੀ ਵਾਗ ਦੇ ਵੀ ਦਿੱਤੇ ਨੇ ਖਲਾਰ ਸੋਹਣਿਆ ਵੇ, ਆਪਾਂ ਦਿਨਾਂ ਨੂੰ ਵੀ ਦਿੱਤੇ ਚੰਨ ਚਾਲ ਸੋਹਣਿਆ। ਖਾਸ ਕਿੰਨੇ ਪੁੰਨ ਕਿੰਨੇ ਪਾਪ ਬੋਲਦੇ, ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ, ਸਾਡੇ ਬੱਲੇ ਹਰ ਕਾਲ ਬੋਲਦੇ। ਆਜਾ ਵੀਰ, ਆਜਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਭਾਈ? ਕਿਰਪਾ। ਕੀ ਨਾਮ ਤੁਹਾਡਾ? ਪ੍ਰੀਤ ਧਾਲੀਵਾਲ। ਓਕੇ, ਕੀ ਸੁਣਾਓਗੇ? ਸੌਂਗ। ਆਜੋ। ਉਹ ਜਮਲਾ ਜੱਟ ਮੋਬਾਈਲ ਤੇ ਲੋਕੋ ਇੰਜ ਫਰਮਾਉਂਦਾ, ਉਹ ਗੰਦ ਪਿਆ ਮੇਰੇ ਪੁੱਤਰੋ ਇਹ ਹੁਣ ਮੈਂ ਨਹੀਂ ਉਗਾਉਂਦਾ, ਉਹ ਜਮਲਾ ਜੱਟ ਮੋਬਾਈਲ ਤੇ ਲੋਕੋ ਇੰਜ ਫਰਮਾਉਂਦਾ, ਗੰਦ ਪਿਆ ਮੇਰੇ ਪੁੱਤਰੋ ਇਹ ਹੁਣ ਮੈਂ ਨਹੀਂ ਉਗਾਉਂਦਾ, ਓਏ ਹੁਣ ਮੈਂ ਨਹੀਂ ਉਗਾਉਂਦਾ, ਓਏ ਹੁਣ ਮੈਂ ਨਹੀਂ ਉਗਾਉਂਦਾ। ਕੀ ਨਾਮ ਤੁਹਾਡਾ? ਮੇਰਾ ਨਾਮ ਵੀਰੇ ਜਗਦੀਪ ਸਿੰਘ ਹੈ ਜੀ। ਜਗਦੀਪ, ਹਾਂਜੀ। ਓਕੇ, ਇੱਕ ਤਾਂ ਵੀਰੇ ਬਾਈ ਯਾਰ ਬੜਾ ਘੈਂਟ ਬੰਦਾ, ਮੈਂ ਅੱਜ ਤੋਂ 3 ਸਾਲ ਪਹਿਲਾਂ ਮਿਲਿਆ ਸੀਗਾ ਬਾਈ ਨੂੰ, ਆਪਣਾ ਆਵਾਜ਼ ਪੰਜਾਬ ਦੀ ਚੱਲਿਆ ਸੀਗਾ, ਉਹ 'ਚ ਆਡੀਸ਼ਨ ਦਿੱਤੀ ਸੀ, ਬਹੁਤ ਗੁੱਡ ਬੰਦਾ ਬਾਈ ਤੂੰ। ਥੈਂਕ ਯੂ, ਤੁਹਾਡੇ ਕਰਕੇ। ਬੋਲੀਆਂ ਸੁਣਾਉਂਦੇ ਹਾਂ ਇੱਕ ਦੋ, ਚੱਲ ਟਾਈਮ ਤਾਂ ਹੈ ਨਹੀਂ, ਇੱਕ ਗਾਣਾ ਵੀ ਸੁਣਾਉਂਦੇ, ਬੋਲੀਆਂ ਸੁਣਾਉਂਦੇ। ਆਉਣ ਦੋ। ਹੋ ਕੱਲ ਲੰਘਿਆ ਪਰਪੋਜੜੇ ਕੁੜੀਏ ਬਹਿ ਗਈ ਅੰਦਰ ਵੜ ਕੇ, ਨੀ ਮੁੰਡਿਆਂ ਦੇ ਦਿਲ ਤੋੜਤੇ ਹੀਰੇ, ਓ ਮੁੰਡਿਆਂ ਦੇ ਦਿਲ ਤੋੜਤੇ ਹੀਰੇ, ਆਏ ਸੀ ਰਾਂਝੇ ਵੜ ਕੇ, ਨੀ ਅੱਜ ਆ ਗਿਆ ਚੌਕਲੇਟੇ ਕੁੜੀਏ, ਓ ਅੱਜ ਆ ਗਿਆ ਚੌਕਲੇਟੇ ਕੁੜੀਏ, ਖਾ ਗਈ ਸਭ ਤੋਂ ਫੜ ਕੇ, ਨੀ ਨਰਕਾਂ ਨੂੰ ਜਾਵੇਗੀ ਕੈਰ ਦਿਲਾਂ ਤੇ ਕਰਕੇ, ਨੀ ਨਰਕਾਂ ਨੂੰ ਜਾਵੇਗੀ। ਹੋ ਮੈਂਡੀ ਨਾਮ ਮਨਿੰਦਰ ਤੋਂ ਹੁਣ ਰੱਖ ਲਿਆ ਕੱਟ ਕਟਾ ਕੇ, ਕਹਿੰਦੇ ਗੁੱਤ ਗੁੰਦੀ ਨੂੰ ਅਰਸਾ ਹੋ ਗਿਆ,
ਓ ਗੁੱਤ ਗੁੰਦੀ ਨੂੰ ਅਰਸਾ ਹੋ ਗਿਆ ਸੁੱਟ ਦੀ ਬਾਲ ਘੁਮਾ ਕੇ ਬਈ ਬੁਲਾਡੇ ਤੋਂ ਹੁਣ ਪਿੰਡ ਨਾ ਜਾਵੇ ਬੁਲਾਡੇ ਤੋਂ ਹੁਣ ਪਿੰਡ ਨਾ ਜਾਵੇ ਬਹਿ ਗਈ ਡੇਰੇ ਲਾ ਕੇ ਬਈ ਜੀ ਐਨ ਸੀ ਦੇ ਮੂਹਰੇ ਰੱਖਦੀ ਆ ਓ ਗੁਰੂ ਨਾਨਕ ਕਾਲਜ ਮੂਹਰੇ ਰੱਖਦੀ ਨਿੱਤ ਰੌਣਕਾਂ ਲਾ ਕੇ ਸੱਪੜੀ ਦੇ ਵਾਂਗ ਵੇਲਦੀ ਬਈ ਰੱਖ ਲੂ ਪਟਾਰੀ ਪਾ ਕੇ ਸੱਪੜੀ ਦੇ ਵਾਂਗ ਵੇਲਦੀ ਕੀ ਨਾਂ ਤੁਹਾਡਾ ਮੇਰਾ ਨਾਮ ਜੀ ਰਿਤੂ ਹੈ ਰਿਤੂ ਰਿਤੂ ਨਾਮ ਹੈ ਨਾ ਕੁੜੀ ਵਾਲਾ ਮੈਂ ਉਸ ਟਾਈਮ ਪਤਾ ਕੀ ਗੱਲ ਜੀ ਮੈਂ ਬੋਲਦਾ ਨਹੀਂ ਸੀ ਹੈ ਜਦੋਂ ਨਾਮ ਰੱਖਿਆ ਸੀ ਮੈਂ ਬੋਲਦਾ ਨਹੀਂ ਸੀ ਠੀਕ ਹੈ ਠੀਕ ਹੈ ਕੀ ਕੀ ਸੁਣਾਓਗੇ ਮੈਂ ਗੀਤ ਆ ਜਾਓ ਉਹ ਜਿਹਦੇ ਪਿੱਛੇ ਬਹਿ ਕੇ ਮੋੜਾਂ ਉੱਤੇ ਤਿੰਨ ਸਾਲ ਗਾਲੇ ਉਹ ਮੇਰੇ ਯਾਰ ਦੀ ਮਸ਼ੂਕ ਨਿਕਲੀ ਉਹ ਜਿਹਨੂੰ ਸਿੱਧੀ ਸਾਦੀ ਮੰਨਦੇ ਸੀ ਸਾਦਗੀ ਪਸੰਦ ਉਹ ਤਾਂ ਟੇਡਾ ਵੀ ਗਰੂਟ ਨਿਕਲੀ ਉਹ ਲਾਗੇ ਪਿੰਡ ਪੜਦੀ ਟਿਊਸ਼ਨ ਸੀ ਡੁੱਬ ਜਾਣੀ ਵਾਪਸੀ ਦਾ ਟਾਈਮ ਪੌਣੇ ਪੰਜ ਸੀ ਹੱਥ ਮੂੰਹ ਸਵੇਰ ਯਾਰ ਉਹ ਟਾਈਮ ਨਾਲ ਉਹ ਪਹਿਲਾਂ ਜਾ ਕੇ ਮੱਲ ਲੈਂਦੇ ਅੱਡੇ ਵਾਲੀ ਕੰਧ ਸੀ ਫਿਰ ਕੋਲੋਂ ਲੰਘ ਜਾਂਦੀ ਸੀ ਗੁਲਾਬ ਰੰਗੀ ਮਿੱਤਰਾਂ ਦੇ ਬਣ ਕੇ ਹਸੀਨ ਤਿੱਤਲੀ ਉਹ ਜਿਹਦੇ ਪਿੱਛੇ ਬਹਿ ਕੇ ਮੋੜਾਂ ਉੱਤੇ ਤਿੰਨ ਸਾਲ ਗਾਲੇ ਉਹ ਮੇਰੇ ਯਾਰ ਦੀ ਮਸ਼ੂਕ ਉਹ ਜਿਹਨੂੰ ਸਿੱਧੀ ਸਾਦੀ ਮੰਨਦੇ ਸੀ ਸਾਦਗੀ ਪਸੰਦ ਉਹ ਤਾਂ ਟੇਡਾ ਵੀ ਗਰੂਟ ਨਿਕਲੀ ਥੈਂਕ ਯੂ ਸੋ ਮਚ ਤੈਨੂੰ ਮਿਲੇ ਯਾਰ ਸੌ ਲੱਗੇ ਯਾਰ ਬਸ ਬਈ ਯਾਰ ਡਾਇਲੋਗ ਇੱਕ ਥੋੜਾ ਜਿਹਾ ਡਿਫਰੈਂਟ ਹੈ ਵੀ ਪੜ੍ਹੀ ਲਿਖੀ ਕੁੜੀ ਤੇ ਜਿਹੜੀ ਵਿਚਾਰੀ ਨਹੀਂ ਪੜ੍ਹੀ ਹੁੰਦੀ ਉਹਦੇ ਵਿੱਚ ਤੇ ਪੜ੍ਹੀ ਲਿਖੀ ਕੁੜੀ ਦਾ ਬੋਏਫ੍ਰੈਂਡ ਜਾਂਦਾ ਉਹਦੇ ਮਗਰ ਪਤਾ ਕੀ ਕਹਿੰਦੀ ਆ ਜਾਨੂ ਤੂੰ ਮੇਰੇ ਪਿੱਛੇ ਪਿੱਛੇ ਕਿਆ ਕਰਨੇ ਆਏ ਥੇ ਮੰਮਾ ਮੇਰੇ ਸਾਥ ਸੀ ਅਗਰ ਮੰਮਾ ਕੋ ਮਾਲੂਮ ਪੜ ਜਾਤਾ ਤੋ ਪ੍ਰੋਬਲਮ ਕ੍ਰੀਏਟ ਹੋ ਜਾਤੀ ਐਸੇ ਮਤ ਕੀਆ ਕਰੋ ਤੇ ਅਨਪੜ੍ਹ ਕਹਿੰਦੀ ਵਿਚਾਰੀ ਵੇ ਗੰਜਰਾ ਨਾ ਤੂੰ ਮੇਰੇ ਮਗਰ ਕੀ ਕਰਨ ਆਏ ਤੀ ਮੇਰੀ ਬੀਬੀ ਮੇਰੇ ਨਾਲ ਤੀ ਜੇ ਮੇਰੀ ਬੀਬੀ ਨੂੰ ਪਤਾ ਲੱਗ ਜਾਂਦਾ ਮੇਰੇ ਤਾਂ ਪਵਾ ਦਿੱਤੀ ਝਾਟੇ 'ਚ ਖੇ ਹੋ ਮੰਨਦੀਆਂ ਤੂੰ ਮੈਨੂੰ ਲਵ ਜੂ ਕਰਦਾ ਇਹੋ ਜਿਹਾ ਲਵ ਜੂ ਕੀ ਝਾਟੇ 'ਚ ਖੇ ਪਵਾ ਜਾਂਦਾ ਆਹੋ ਚਲੋ ਜੀ ਪੂਰੇ ਇੰਜੋਏ ਹੋ ਰਿਹਾ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਕਿਤੇ ਨਾ ਜਾਇਓ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਗੱਡੀ ਨੀ ਚਾਹ ਪਿਆਵਾ ਫਿਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਗੱਲਬਾਤ ਅੱਗੇ ਕਰਦੇ ਆ ਜਾਓ ਜੀ ਆ ਜਾਓ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਅਮਨਦੀਪ ਕੌਰ ਕੀ ਸ਼ੌਂਕ ਨੇ ਜੀ ਬਹੁਤ ਸ਼ੌਂਕ ਹੈ ਮੇਰੇ ਡਾਂਸ ਪੜ੍ਹਨ ਦਾ ਮੈਂ ਸਾਰਾ ਕੁਝ ਕਰ ਲੈਂਦੀ ਹਾਂ ਮੈਂ ਅੱਛਾ ਕੀ ਸੁਣਾਓਗੇ ਇੱਥੇ ਡਾਂਸ ਕਰਨਾ ਮੈਂ ਘਰੇ ਮਾਰਦੇ ਵਿਚੋਲੇ ਹੁਣ ਕਿਹੜੇ ਤੇ ਕਦੋਂ ਆਉਣਗੇ ਸੁਨੇਹੇ ਜੱਟਾਂ ਕਿਹੜਾ ਕੋਰਸ ਜੁਆਇਨ ਕੀਤਾ ਇੱਥੇ ਸਰ ਗ੍ਰੈਜੂਏਸ਼ਨ ਕਰ ਰਹੇ ਹਾਂ ਜੀ
ਓਕੇ ਜੀ ਕਿੱਥੋਂ ਬਿਲੋਂਗ ਕਰਦੇ ਹੋ ਸਰ ਮੈਂ ਲਹਿਰੇਗਾਗੇ ਤੋਂ ਜੀ ਲਹਿਰੇਗਾਗੇ ਤੋਂ ਜੀ ਲਹਿਰੇ ਤੋਂ ਲਹਿਰੇਗਾਗੇ ਤੋਂ ਹਾਂਜੀ ਹਾਂਜੀ ਸੁਣਾਓ ਜੀ ਕੀ ਸੁਣਾਓਗੇ ਸੋ ਮੇਰੇ ਇੱਕ ਵੀਡੀਓ ਸੌਂਗ ਇੱਥੇ ਸ਼ੂਟ ਹੋਇਆ ਜੀ ਕਾਲਜ 'ਚ ਕੀ ਬਾਤ ਅਤੇ ਸਾਡੇ ਕਮਲ ਸਰ ਦੀ ਮਿਹਰਬਾਨੀ ਕੀ ਬਾਤ ਅਤੇ ਸਾਰੀ ਮੈਨੇਜਮੈਂਟ ਦੀ ਇੱਥੇ ਵੀਡੀਓ ਸ਼ੂਟ ਹੋਈ ਹੋਈ ਸਰ ਮੈਂ ਤੁਹਾਡੇ ਸਾਹਮਣੇ ਰੱਖਾਂ ਬਹੁਤ ਵਧੀਆ ਆ ਜਾਓ ਤੂੰ ਹੀ ਸਰਦਾਰ ਮੇਰਾ ਤੂੰ ਹੀ ਸਭ ਵੇ ਮੰਨਿਆ ਏ ਚੰਨਾ ਮੈਂ ਤਾਂ ਤੈਨੂੰ ਰੱਬ ਵੇ ਤੂੰ ਹੀ ਸਰਦਾਰ ਮੇਰਾ ਤੂੰ ਹੀ ਸਭ ਵੇ ਮੰਨਿਆ ਏ ਚੰਨਾ ਮੈਂ ਤਾਂ ਤੈਨੂੰ ਰੱਬ ਵੇ ਦੁਨੀਆ 'ਤੇ ਫਿਰਦੇ ਨੇ ਹੋਰ ਵੀ ਬਥੇਰੇ ਦੁਨੀਆ 'ਤੇ ਫਿਰਦੇ ਨੇ ਹੋਰ ਵੀ ਬਥੇਰੇ ਦਿਲ ਮੈਂ ਤਾਂ ਤੇਰੇ ਹੀ ਰਾਹ 'ਚ ਰੱਖਿਆ ਜੇ ਤੂੰ ਵੀ ਮੈਨੂੰ ਚਾਹਵੇਂ ਗੱਲ ਸੁਣ ਸਰਦਾਰਾ ਮੈਂ ਵੀ ਜਾਣੇ ਆਪਣੀ ਬਣਾ ਕੇ ਰੱਖਿਆ ਤੂੰ ਵੀ ਮੈਨੂੰ ਚਾਹਵੇਂ ਗੱਲ ਸੁਣ ਸਰਦਾਰਾ ਮੈਂ ਵੀ ਜਾਣੇ ਆਪਣੀ ਬਣਾ ਕੇ ਰੱਖਿਆ ਹਾਂਜੀ ਸੁਣ ਕੇ ਅੱਗੇ ਕੁੜੀ ਕੀ ਕਹਿ ਰਹੀ ਹੈਗੀ ਚੜ੍ਹਦੇ ਸਿਆਲ ਤੂੰ ਵੀ ਆਉਣਿਆ ਜੀਵੇ ਕਮਲੀ ਦੀ ਚੋਲੀ ਖੁਸ਼ੀਆਂ ਤੂੰ ਪਾ ਜੀਵੇ ਚੜ੍ਹਦੇ ਸਿਆਲ ਤੂੰ ਵੀ ਆਉਣਿਆ ਜੀਵੇ ਕਮਲੀ ਦੀ ਚੋਲੀ ਖੁਸ਼ੀਆਂ ਤੂੰ ਪਾ ਜੀਵੇ ਬੜਿਆਂ ਚਿਰਾਂ ਤੋਂ ਚੰਨਾ ਵੇਟ ਕਰਦੀ ਬੜਿਆਂ ਚਿਰਾਂ ਤੋਂ ਬੜਿਆਂ ਚਿਰਾਂ ਤੋਂ ਚੰਨਾ ਵੇਟ ਕਰਦੀ ਖੁਆਬਾਂ ਵਿੱਚ ਬੰਨਿਆ ਮੈਂ ਸਿਹਰਾ ਤੱਕਿਆ ਜੇ ਤੂੰ ਵੀ ਮੈਨੂੰ ਚਾਹਵੇਂ ਗੱਲ ਸੁਣ ਸਰਦਾਰਾ ਮੈਂ ਵੀ ਜਾਣੇ ਆਪਣੀ ਬਣਾ ਕੇ ਰੱਖਿਆ ਤੂੰ ਵੀ ਮੈਨੂੰ ਚਾਹਵੇਂ ਗੱਲ ਸੁਣ ਸਰਦਾਰਾ ਮੈਂ ਵੀ ਜਾਣੇ ਆਪਣੀ ਬਣਾ ਕੇ ਰੱਖਿਆ ਥੈਂਕ ਯੂ ਤੈਨੂੰ ਸੱਦ ਪਈ ਮਾਰਾਂ ਵੇ ਤੂੰ ਦੇਸ ਵਸਾ ਲਿਆ ਕਿਹੜਾ ਪੰਛੀ ਪਰਤ ਘਰਾਂ ਨੂੰ ਆ ਗਏ ਆਏ ਹਾਏ ਵੇ ਕਿਉਂ ਦਿਲ ਨਹੀਂ ਉਹ ਕਰਦਾ ਤੇਰਾ ਹੋ ਰੱਤੀ ਤੇਰੀ ਰੱਤੀ ਤੇਰੀ ਹੋ ਰੱਤੀ ਤੇਰੀ ਤੇ ਢੋਲ ਮੇਰੇ ਆਲੂੰਗੀ ਆਏ ਰੱਤੀ ਤੇਰੀ ਤੇ ਢੋਲ ਮੇਰੇ ਆਲੂੰਗੀ ਆਏ ਵੱਟ ਪਵਾਉਣੀਆਂ ਮੈਂ ਰੇਸ਼ਮ ਦੀਆਂ ਡੋਰਾਂ ਵੱਟ ਪਵਾਉਣੀਆਂ ਮੈਂ ਰੇਸ਼ਮ ਦੀਆਂ ਡੋਰਾਂ ਵੇ ਕੋਈ ਆਉਂਦਾ ਆਉਂਦਾ ਇੱਕੋ ਓਲੇ ਹੋ ਗਿਆ ਵੇ ਕੋਈ ਆਉਂਦਾ ਤੇਰੇ ਸੋ ਆਉਂਦਾ ਆਉਂਦਾ ਇੱਕੋ ਓਲੇ ਹੋ ਗਿਆ ਇਹ ਮੈਂ ਦੂਰ ਤੋਂ ਪਛਾਣ ਮੈਂ ਦੂਰ ਤੋਂ ਪਛਾਣ ਦੀਆਂ ਡੋਰਾਂ ਮੇਰਾ ਪਰਦੇਸ ਗਿਆ ਮੈਂ ਰਹੀ ਢੂੰਡਦੀ ਪੈੜਾਂ ਢੋਲ ਮੇਰਾ ਪਰਦੇਸ ਗਿਆ ਮੈਂ ਰਹੀ ਢੂੰਡਦੀ ਪੈੜਾਂ ਉਹ ਜਿੱਥੇ ਰਹੇ ਜਵਾਨੀ ਮਾਣੇ ਜਿੱਥੇ ਰਹੇ ਜਵਾਨੀ ਮਾਣੇ ਰੱਬ ਤੋਂ ਮੰਗਦੀ ਖੈਰਾਂ ਰੱਤੀ ਤੇਰੀ ਰੱਤੀ ਤੇਰੀ ਰੱਤੀ ਤੇਰੀ ਤੇ ਢੋਲ ਮੇਰੇ ਆਲੂੰਗੀ ਆਏ ਬੱਤ ਬਬੂਨੀਆਂ ਮੈਂ ਰੇਸ਼ਮ ਦੀਆਂ ਡੋਰਾਂ ਵੇ ਕੋਈ ਆਉਂਦਾ ਆਉਂਦਾ ਇੱਕੋ ਓਲੇ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਤੇਰੀ ਸੋਇ ਆਉਂਦਾ ਆਉਂਦਾ ਤੇਰੀ ਸੋਇ ਆਉਂਦਾ ਆਉਂਦਾ ਇੱਕੋ ਓਲੇ ਹੋ ਗਿਆ ਤੇ ਮੈਂ ਦੂਰ ਤੋਂ ਪਛਾਣ ਦੀਆਂ ਤੋਰਾਂ ਆਇਆ ਜੱਟਾ ਖਿੱਚ ਸੈਲਫੀ ਜੱਟੀ ਨੱਚੂਗੀ ਤੇਰੀ ਮਾਂ ਫੜ ਕੇ ਆਜਾ ਉਹ ਗਾਂ ਆ ਗਾਂ ਉਹ ਗਾਂ ਕੀ ਨਾਂ ਤੇਰਾ ਮੇਰਾ ਨਾਮ ਕੁਲਵਿੰਦਰ ਹੈ ਹੈ ਕੁਲਵਿੰਦਰ 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 ਕੀ ਸੁਣਾਏਗਾ ਮੈਂ ਗਾਣਾ ਸੁਣਾਉਂਦਾ ਸੁਣਾ ਉਹ ਫੋਨ ਕਿਹਨੂੰ ਬੜਾਇਆ ਜੀ ਹੈ ਓਕੇ 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 ਸੁਣਾ 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 ਭਾਈ ਸੁਣਾ ਸੁਣਾ ਮੇਰਾ ਵੀਰ ਕੋਈ ਨਹੀਂ ਮਰਦੀ ਕਿਸੇ ਤੇ ਸਭ ਟਾਈਮ ਪਾਸ ਕਰਦੀਆਂ ਨੇ ਕੋਈ ਨਹੀਂ ਮਰਦੀ ਕਿਸੇ ਤੇ ਸਭ ਦੌਲਤਾਂ ਤੇ ਮਰਦੀਆਂ ਨੇ ਅੱਖਾਂ ਬੰਦ ਕਰਕੇ ਸੁਰ ਉੱਪਰੋਂ ਦੀ ਲੈ ਗਿਆ ਉੱਪਰੋਂ ਦੀ ਉਹ ਮੁੰਡੇ ਹੁੰਦੇ ਘੁੱਗੂਏ ਹੁੰਦੀਆਂ ਚਲਾਕ ਬਈ ਅੱਲੜਾਂ ਦੇ ਭਾਦੇ ਅਸੀਂ ਬਣ ਗਏ ਮਜ਼ਾਕ ਬਈ ਅੱਖਾਂ ਬੰਦ ਕਰਕੇ ਸੁਰ ਉੱਤੋਂ ਲੈ ਗਿਆ ਮੁੰਡੇ ਹੁੰਦੇ ਘੁੱਗੂਏ ਹੁੰਦੀਆਂ ਚਲਾਕ ਬਈ ਅੱਲੜਾਂ ਦੇ ਭਾਦੇ ਅਸੀਂ ਬਣ ਗਏ ਮਜ਼ਾਕ ਬਈ
ਉਹ ਨਸ਼ੇ ਜਾਣ ਕੇ ਨੀ ਕੋਈ ਕਰਦਾ ਸਭ ਕੋਕੇ ਹੀ ਜੜਦੀਆਂ ਨੇ ਉਹ ਨਸ਼ੇ ਜਾਣ ਕੇ ਨੀ ਕੋਈ ਕਰਦਾ ਸਭ ਕੋਕੇ ਹੀ ਜੜਦੀਆਂ ਨੇ ਕੋਈ ਨੀ ਮਰਦੀ ਕਿਸੇ ਤੇ ਸਭ ਟਾਈਮ ਪਾਸ ਕਰਦੀਆਂ ਨੇ ਕੀ ਨਾਂ ਤੁਹਾਡਾ ਜੀ ਅਮਿਤ ਤਰੋੜਾ ਜੀ ਕੀ ਸੁਣਾਓਗੇ ਜੀ ਸੁਣਾਵਾ ਨੇ ਜੀ ਜੋ ਮਨ ਚ ਆ ਗਿਆ ਸੁਣਾਓ 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 ਮੇਰਾ ਭਰਾ ਪੱਠੀ ਵਾਲੀਏ ਚੰਬੀਏ ਦੀਏ ਡਾਲੀਏ ਪੀੜਾਂ ਦਾ ਪਰਾਗਾ ਪੁਨੇ ਦੇ ਤੈਨੂੰ ਦਿਆਂ ਜੁਆ ਦਾ ਚਾਕਾ ਪੀੜਾਂ ਦਾ ਪਰਾਗਾ ਪੁਨੇ ਦੇ ਪੀੜਾਂ ਦਾ ਪਰਾਗਾ ਪੁਨੇ ਦੇ ਰੋਪੀਆਂ ਹਵਾਵਾਂ ਕਰੀ ਕਰ ਬਿਰਲਾ ਪਿਣੀ ਤਾਰਿਆਂ ਨੂੰ ਚੜ੍ਹੀ ਗਿਆ ਮੱਠਾ ਮੱਠਾ ਤਾਪਣੀ ਤਾਰਿਆਂ ਨੂੰ ਚੜ੍ਹੀ ਗਿਆ ਮੱਠਾ ਮੱਠਾ ਤਾਪਣੀ ਜੰਝ ਸਾਹਾਂ ਦੀਦਾ ਹੋ ਜੰਝ ਸਾਹਾਂ ਦੀਦਾ ਰੁੱਸ ਗਿਆ ਲਾੜਾ ਪੀੜਾਂ ਦਾ ਪਰਾਗਾ ਪੁੰਨ ਦੇ ਤੈਨੂੰ ਦਿਆ ਹੰਝੂਆਂ ਦਾ ਪਹਾੜਾ ਪੀੜਾਂ ਦਾ ਪਰਾਗਾ ਪੁੰਨ ਦੇ ਸ਼ੁਕਰੀਆ ਜੀ ਕੀ ਨਾਂ ਤੁਹਾਡਾ ਮੇਰਾ ਜੋਗਾ ਸਿੰਘ ਜੀ ਜੋਗਾ ਸਿੰਘ ਜੋਗਾ ਸਿੰਘ ਕੀ ਸੁਣਾਓਗੇ ਕੀ ਸੁਣਾਓਗੇ ਅਸੀਂ ਚੰਡੀਗੜ੍ਹ ਤੋਂ ਮੁੜ ਗਏ ਹਾਂ ਬਸ ਇਸੇ ਕਰਕੇ ਅਸੀਂ ਕ੍ਰਿਸ਼ਨਾ ਕਾਲਜ ਨੂੰ ਤੁਰ ਗਏ ਹਾਂ ਬਸ ਇਸੇ ਕਰਕੇ ਸਿਸਟਮ ਹੋਇਆ ਖਰਾਬ ਜਾਂ ਲੱਗੇ ਸ਼ਹਿਰ ਤੁਹਾਡੇ ਦਾ ਤੇਰੇ ਚੰਡੀਗੜ੍ਹ ਤੋਂ ਤੇਰੇ ਚੰਡੀਗੜ੍ਹ ਤੋਂ ਵੱਧ ਨਜ਼ਾਰਾ ਸ਼ਹਿਰ ਬੁਲਾਡੇ ਦਾ ਤੇਰੇ ਚੰਡੀਗੜ੍ਹ ਤੋਂ ਵੱਧ ਨਜ਼ਾਰਾ ਸ਼ਹਿਰ ਬੁਲਾਡੇ ਦਾ ਖੜ ਕ੍ਰਿਸ਼ਨਾ ਕਾਲਜ ਮੂਰੇ ਕਰ ਲਈਏ ਚਾ ਪੂਰੇ ਪੰਜ ਮਿੰਟਾਂ ਵਿੱਚ ਇੱਥੋਂ ਨੇੜੀ ਹੈ ਨਾ ਪੰਜ ਮਿੰਟਾਂ ਵਿੱਚ ਪਿੰਡ ਪਰਤੀਏ ਜਦ ਬਾਪੂ ਵੀ ਕੂਰੇ ਤੇਰੀ ਪੀਜ਼ਾ ਹੱਟ ਤੋਂ ਵਧੀਆ ਤੇਰੀ ਪੀਜ਼ਾ ਹੱਟ ਤੋਂ ਵਧੀਆ ਖੋਖਾ ਬਾਬੇ ਦਾ ਤੇਰੇ ਚੰਡੀਗੜ੍ਹ ਤੋਂ ਤੇਰੇ ਚੰਡੀਗੜ੍ਹ ਤੋਂ ਵੱਧ ਨਜ਼ਾਰਾ ਸ਼ਹਿਰ ਬੁਲਾਡੇ ਦਾ ਤੇਰੇ ਚੰਡੀਗੜ੍ਹ ਤੋਂ ਵੱਧ ਨਜ਼ਾਰਾ ਸ਼ਹਿਰ ਬੁਲਾਡੇ ਦਾ ਕ੍ਰਿਸ਼ਨਾ ਕਾਲਜ ਦਾ ਫੁਕਰੇ ਬੰਦੇ ਨੂੰ ਯਾਰੋ ਕਦੇ ਮੂੰਹ ਨੀ ਲਾਈਦਾ ਉਹ ਝੂਲੀਆਂ ਦੇ ਵਿੱਚ ਸੱਪ ਨੂੰ ਕਦੇ ਨੀ ਦੁੱਧ ਪਿਆਈਦਾ ਫਿਰ ਪਿੱਛੋਂ ਕੀ ਪਛਤਾਉਣਾ ਪਿੱਛੋਂ ਕੀ ਪਛਤਾਉਣਾ ਪਹਿਲਾਂ ਗਲਤੀ ਹੋਈ ਤੇ ਘਰੇ ਕਦੇ ਨਾ ਵਾੜੋ ਅਜੀ ਦੀ ਅੱਖ ਰਸੋਈ ਤੇ ਘਰੇ ਕਦੇ ਨਾ ਵਾੜੋ ਅਜੀ ਦੀ ਅੱਖ ਰਸੋਈ ਤੇ ਅੱਖ ਰਸੋਈ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਉੱਚਾ ਸਕੇਲ ਬਹੁਤ ਸੋਹਣਾ ਸਕੇਲ ਬਹੁਤ ਸੋਹਣਾ ਸਕੇਲ ਉਹ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਲਾ ਤੈਨੂੰ ਗੱਡੀ ਨੀ ਚਾਹ ਪਿਆਵਾਂ ਫਿਰ ਸੋਚ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਅਤੇ ਅਗਲੀ ਗੱਲਬਾਤ ਕਰਦੇ ਹਾਂ ਆਓ ਜੀ ਆਓ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਅਮਨਦੀਪ ਕੌਰ ਅਮਨਦੀਪ ਕੌਰ ਕੀ ਸੁਣਾਓਗੇ ਜੀ ਜੀ ਸ਼ੇਅਰ ਨਾ ਦਿਨ ਬਦਲੇਗੀ ਨਾ ਰਾਤ ਬਦਲੇਗੀ ਨਾ ਦਿਨ ਬਦਲੇਗੀ ਨਾ ਰਾਤ ਬਦਲੇਗੀ ਨਾ ਬਦਲੇਗੇ ਚੰਦ ਸਤਾਰੇ ਅਰੇ ਬਦਲਣਾ ਹੈ ਤਾਂ ਖੁਦ ਕੋ ਬਦਲੋ ਕਿਉਂ ਬੈਠਾ ਹੈ ਦੂਸਰੋ ਕੇ ਸਹਾਰੇ ਕੀ ਨਾਂ ਹੈ ਤੁਹਾਡਾ ਏਕਮ ਵੀਰੇ ਏਕਮ ਤੁਹਾਡਾ ਨਾਂ ਜੀ ਇਕਬਾਲ 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 ਮੈਂ ਇੱਕ ਸੌਂਗ ਲਿਖਿਆ ਮੈਂ ਸੌਂਗ ਸੁਣਾਉਂਦਾ ਉਹਨੂੰ ਅੱਖਾਂ ਤੇਰੀਆਂ ਚ ਭਰੀਏ ਨੇ ਕੋਲ ਵੱਲੀਏ ਨੀ ਯਾਰ ਹਾਜ਼ਰੀ ਨੇ ਹੁੰਦੇ ਪਹਿਲੇ ਬੋਲ ਵੱਲੀਏ ਓਏ ਅੱਖਾਂ ਤੇਰੀਆਂ ਚ ਭਰੀਏ ਨੇ ਕੋਲ ਵੱਲੀਏ ਨੀ ਯਾਰ ਹਾਜ਼ਰੀ ਨੇ ਹੁੰਦੇ ਪਹਿਲੇ ਬੋਲ ਵੱਲੀਏ ਹੁਣ ਨਾਲੇ ਮੁੱਢ ਤੋਂ ਹੀ ਵੱਖਰੇ ਅਸੂਲ ਰੱਖਿਆ
ਗੱਭਰੂ ਦਾ ਯਾਰਾ ਵਜੋਂ ਨਹੀਂ ਉਹ ਸਰਦਾ ਉਹ ਯਾਰ ਸਾਰੇ ਸਿਰੇ ਦੇ ਸ਼ਿਕਾਰੀ ਵੱਲੀਏ ਚੱਕ ਲੈਂਦੇ ਜੇ ਕੋਈ ਬਹੁਤਾ ਸਿਰ ਚੜਦਾ ਉਹ ਯਾਰ ਸਾਰੇ ਸਿਰੇ ਦੇ ਸ਼ਿਕਾਰੀ ਵੱਲੀਏ ਉਹ ਚੱਕ ਲੈਂਦੇ ਜੇ ਕੋਈ ਬਹੁਤਾ ਸਿਰ ਚੜਦਾ ਹਾਏ ਯਾਰਾਂ ਦੇ ਗਰੁੱਪ ਦੀ ਕੀ ਗੱਲ ਕਰਦੀ ਉਹ ਜਿੱਥੇ ਖੜੇ ਮੇਰੇ ਯਾਰ ਲੱਲੀ ਛੱਲੀ ਨਹੀਂ ਉਹ ਖੜਦੀ ਉਹ ਯਾਰਾਂ ਦੇ ਗਰੁੱਪ ਦੀ ਕੀ ਗੱਲ ਕਰਦੀ ਉਹ ਜਿੱਥੇ ਖੜੇ ਮੇਰੇ ਯਾਰ ਲੱਲੀ ਛੱਲੀ ਨਹੀਂ ਉਹ ਖੜਦੀ ਉਹ ਜੇ ਕੋਈ ਆਕੜਾਂ ਦਿਖਾਵੇ ਫੱਟੀ ਪੋਚ ਧਰਦਾ ਯਾਰ ਸਾਰੇ ਸਿਰੇ ਦੇ ਸ਼ਿਕਾਰੀ ਵੱਲੀਏ ਚੱਕ ਲੈਂਦੇ ਜੇ ਕੋਈ ਬਹੁਤਾ ਸਿਰ ਚੜਦਾ ਉਹ ਯਾਰ ਸਾਰੇ ਸਿਰੇ ਦੇ ਸ਼ਿਕਾਰੀ ਵੱਲੀਏ ਚੱਕ ਲੈਂਦੇ ਜੇ ਕੋਈ ਬਹੁਤਾ ਸਿਰ ਚੜਦਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਕੀ ਨਾਂ ਤੁਹਾਡਾ ਮੇਰਾ ਨਾਮ ਮਨਪ੍ਰੀਤ ਸੁਣਾਓ ਕੀ ਸੁਣਾਓਗੇ ਬਸ ਬਾਈ ਗੀਤ ਸੁਣਾਉਣ ਲੱਗਿਆ ਇੱਕ ਓ ਯੱਟ ਨੂੰ ਤਾਂ ਖਾ ਗਿਆ ਇਹ ਝੋਰਾ ਵੈਰ ਨੇ ਲੈ ਗਿਆ ਵਿਆਹ ਕੇ ਤੈਨੂੰ ਗੋਰਾ ਵੈਰ ਨੇ ਓ ਯੱਟ ਨੂੰ ਤਾਂ ਖਾ ਗਿਆ ਇਹ ਝੋਰਾ ਵੈਰ ਨੇ ਲੈ ਗਿਆ ਵਿਆਹ ਕੇ ਤੈਨੂੰ ਗੋਰਾ ਵੈਰ ਨੇ ਮੈਂ ਤਾਂ ਕਹਿਣਾ ਪਾਪਾ ਨੇ ਤੂੰ ਦਿੱਲੀ ਵੀ ਨਾ ਟੱਪੇ ਮੈਂ ਤਾਂ ਕਹਿਣਾ ਵੈਰ ਨੇ ਤੂੰ ਦਿੱਲੀ ਵੀ ਨਾ ਟੱਪੇ ਤੇਰਾ ਜਾਂਦਾ ਜਾਂਦਾ ਜ਼ਿੰਦਗੀ ਦਾ ਖੇਲ ਮੁੱਕ ਜੇ ਛੱਡ ਗਈਆਂ ਕੁੜੇ ਰਹਿੰਦਾ ਪੁੱਤ ਬੇਬੇ ਦਾ ਤੇਰਾ ਪਾਪਾ ਨੇ ਜਹਾਜ਼ ਦਾ ਨਹੀਂ ਤੇਲ ਮੁੱਕ ਜੇ ਛੱਡ ਗਈਆਂ ਰਹਿੰਦਾ ਘੋੜੇ ਪੁੱਤ ਬੇਬੇ ਦਾ ਤੇਰਾ ਪਾਪਾ ਨੇ ਜਹਾਜ਼ ਦਾ ਨਹੀਂ ਤੇਲ ਮੁੱਕ ਜੇ ਉਹ ਪਹਿਲਾਂ ਜ਼ਿੰਦਗੀ ਹੁੰਦੀ ਸੀ ਕੁੜੇ ਕਿੰਨੀ ਵਧੀਆ ਹੁਣ ਲੈਣਾ ਪੈਂਦਾ ਠੇਕੇ ਉੱਤੋਂ ਨਿੱਤ ਅਧੀਆ ਉਹ ਪਹਿਲਾਂ ਜ਼ਿੰਦਗੀ ਹੁੰਦੀ ਸੀ ਕੁੜੇ ਕਿੰਨੀ ਵਧੀਆ ਹੁਣ ਲੈਣਾ ਪੈਂਦਾ ਠੇਕੇ ਉੱਤੋਂ ਨਿੱਤ ਅਧੀਆ ਤੂੰ ਗਈਆਂ ਨੇ ਵੈਰ ਨਹੀਂ ਦੁੱਖ ਕਿੰਨਾ ਹੁੰਦਾ ਜਦੋਂ ਸੱਜਣਾ ਨਾ ਸੱਜਣਾ ਤੋਂ ਮੇਲ ਟੁੱਟ ਜੇ ਛੱਡ ਗਈਆਂ ਰਹਿੰਦਾ ਕੁੜੇ ਪੁੱਤ ਬੇਬੇ ਰਾ ਤੇਰਾ ਪਾਪਣੇ ਜਹਾਜ਼ ਦਾ ਨੀ ਤੇਲ ਮੁੱਕ ਜੇ ਉਹ ਛੱਡ ਗਈਆਂ ਕੁੜੇ ਰਹਿੰਦਾ ਪੁੱਤ ਬੇਬੇ ਰਾ ਤੇਰਾ ਪਾਪਣੇ ਜਹਾਜ਼ ਦਾ ਨੀ ਤੇਲ ਮੁੱਕ ਜੇ ਧੰਨਵਾਦ ਬਹੁਤ ਵਧੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਸੁਰਿੰਦਰ ਸਿੰਘ ਜੀ ਸਰ ਸਰ ਮੈਂ ਨਾ ਤੁਹਾਡੇ ਸਾਹਮਣੇ ਆਪਣਾ ਸਿੰਗਰ ਆਰ ਨੇ 250 ਸੌਂਗ ਮੋਡੀਫਾਈ ਕਰਕੇ ਲਿਖਿਆ ਕਾਲਜ ਦੀ ਸਿਫਤ ਦੇ ਵਿੱਚ ਉਹ ਬਿਆਨ ਕਰ ਨਵਾਂ ਨਵਾਂ ਖੁੱਲਿਆ ਕਾਲਜ ਖੁਸ਼ ਹੋਇਆ ਆਲਾ ਦੁਆਲਾ ਬੇਰੁਜ਼ਗਾਰੀ ਨੂੰ ਭੁੱਲ ਗਿਆ ਸਾਰਾ ਸਟਾਫ ਡਿਗਰੀਆਂ ਵਾਲਾ ਬੇਰੁਜ਼ਗਾਰੀ ਨੂੰ ਭੁੱਲ ਗਿਆ ਸਾਰਾ ਸਟਾਫ ਡਿਗਰੀਆਂ ਵਾਲਾ ਸੁਣ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣੋ ਭੈਣ ਜੀ ਕਰਾ ਲਓ ਐਡਮਿਸ਼ਨ ਹੋ ਵੀ ਬਿਨਾਂ ਕਿਸੇ ਭੈਣ ਜੀ ਸੁਣ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣੋ ਭੈਣ ਜੀ ਕਰਾ ਲਓ ਐਡਮਿਸ਼ਨ ਹੋ ਵੀ ਬਿਨਾਂ ਕਿਸੇ ਭੈਣ ਜੀ ਹੋ ਜਾਣੀਆਂ ਨੇ ਸੀਟਾਂ ਮੁੱਕ ਸਾਰੀਆਂ ਪਾਇਆ ਜੇ ਸਵਾਲ ਕੱਲ ਦਾ ਕਿਤੇ ਛੱਡ ਦੀ ਨਾ ਕਿਤੇ ਛੱਡ ਦੀ ਨਾ ਕਹਿ ਕੇ ਕ੍ਰਿਸ਼ਨਾ ਸਾਡੇ ਕਾਲਜ ਦਾ ਯੂਨੀਵਰਸਿਟੀ 'ਚ ਨਾ ਚੱਲਦਾ ਬਾਕੀ ਤਾਂ ਠੀਕ ਹੈ ਉਸਤਾਦ ਨੇ ਅੱਖ ਕੱਢ ਦੇਣੀ ਸੀ ਮੇਰੀ ਪਰ ਚਲੋ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਤਰਸੇਮ ਆਈ ਦਾਤੇ ਵਾਸੀਆ ਓਕੇ ਓਕੇ ਕੀ ਸਾਰੇ ਮੇਰੇ ਵੀਰ ਮੈਨੂੰ ਪ੍ਰਧਾਨ ਕਹਿ ਕੇ ਬੁਲਾਉਂਦੇ ਨੇ ਸਾਰੇ ਵਧੀਆ ਮੈਂ ਮੇਰੇ ਯਾਰਾਂ ਵਾਸਤੇ ਇੱਕ ਸੌਂਗ ਲਿਖਿਆ ਜੋ ਕਿ ਯਾਰੀ ਹੈ ਮੇਰੇ ਸੌਂਗ ਦਾ ਮੈਂ ਮ
ਕਿਉਂਕਿ ਤੈਂ ਮੇਰੇ ਯਾਰਾਂ ਨੂੰ ਮੰਦਾ ਬੋਲਿਆ ਸੀ। ਉਹ ਸਾਡਾ ਸੰਧੀ ਬਸਰ ਹੁੰਦਾ ਸੀ, ਉਹ ਸਾਡਾ ਸੰਧੀ ਬਸਰ ਹੁੰਦਾ ਸੀ, ਜੋ ਬਹਾਦਰ ਤੋਂ ਇੱਕ ਪਲ ਨਹੀਂ ਸੀ ਬਾਹਰ, ਇੱਕ ਯਾਰੀ ਉਹ ਹੁੰਦੀ ਇਹ, ਜੋ ਯਾਰਾਂ ਦਾ ਪਿਆਰ ਇੱਕ ਯਾਰੀ ਉਹ ਹੁੰਦੀ ਇਹ। ਚੰਗਾ 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 ਪ੍ਰਧਾਨ ਸਾਹਿਬ, ਚੰਗਾ 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 ਲੁੱਟ ਲੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਪ੍ਰਵਿੰਦਰ ਸਿੰਘ। ਬਹੁਤ ਸੋਹਣੀ ਦਸਤਾਰ, ਕੀ ਸ਼ੌਂਕ ਨੇ? ਮਿਊਜ਼ਿਕ, ਮੈਂ ਮਿਊਜ਼ਿਕ ਵੋਕਲ ਕਰ ਰਿਹਾ। ਕੀ ਬਾਤ ਹੈ, ਸੁਣਾਓ ਕੁਝ। ਹੀਰ ਆਖਦੀ ਵੇ ਜੋਗੀਆ ਝੂਠ ਬੋਲੇ, ਵੇ ਕੌਣ ਰੁੱਠੜੇ ਯਾਰ ਮਨਾਵਦਾ, ਐਸਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆ ਨੂੰ ਮੋੜ ਲਿਆਮਦਾਈ, ਐਸਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ,
ਜਿਹੜਾ ਗਿਆ ਨੂੰ ਮੋੜ ਲਿਆਮਦਾਈ। ਥੈਂਕ ਯੂ ਜੀ, ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ। ਹਾਂਜੀ ਹਾਂਜੀ, ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਭੰਗੜਾ, ਤਾਂ ਮੁੰਡੇ ਤਿਆਰ ਨੇ, ਆਓ ਬਈ। ਹੋਰ ਕਾਲੇ ਦੇ ਵਿੱਚ ਮਿਲਾਂਗੇ। ਕੀ ਪਹੁੰਚਿੰਗ MH1, ਪਿਆਰ ਦਿੰਦੇ ਰਹੋ, ਟੇਲ ਟੇਕ ਕੇ, ਰੱਬ ਰੱਖਾ। ਰਵਨੀਤ ਵੱਲੋਂ ਸਤਿ ਸ਼੍ਰੀ ਅਕਾਲ ਜੀ। ਛੱਡ ਕੇ ਉਹ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਗੱਡੀ ਨਹੀਂ ਚਾਹ ਪਿਆਵਾਂ।